ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਣਜੀਤ ਐਵਨਿਊ ਵਿਖੇ ਕੱਲ ਰਾਤੀ ਸਾਨੂੰ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਰਣਜੀਤ ਐਵਨਿਊ ਡੀ ਬਲੋਕ ਦੇ ਵਿੱਚ ਹੋਪਰ ਨਾਮ ਦਾ ਰੈਸਟੋਰੈਂਟ ਜੋ ਕਿ ਬਾਰ ਚਲਾ ਰਿਹਾ ਵਾ ਜਿਨ੍ਹਾਂ ਪਾਸ ਕੋਈ ਵੀ ਕਰੰਟਲੀ ਕੋਈ ਲਾਈਸੈਂਸ ਵੈਲਿਡ ਨਹੀਂ ਹੈ। ਜਦੋਂ ਅਸੀਂ ਮੁਖਬਰ ਖਾਸ ਦੀ ਇਤਲਾਹ 'ਤੇ ਪਰਚਾ ਦਰਜ ਕਰਕੇ ਸਾਡੀ ਰਣਜੀਤ ਐਵਨਿਊ ਦੀ ਪੁਲਿਸ ਪਾਰਟੀ ਨੇ ਮੌਕੇ 'ਤੇ ਰੇਡ ਕੀਤੀ ਤਾਂ ਹੋਪਰ ਪਾਰਟੀ ਦਾ ਜੋ ਮੈਨੇਜਰ ਸੀਗਾ ਉਹ ਸਾਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲਾਈਸੈਂਸ ਵੈਲਿਡ ਲਾਈਸੈਂਸ ਨਹੀਂ ਦਿਖਾ ਪਾਇਆ। ਉਹਨਾਂ ਕੋਲ ਇੱਕ ਐਕਸਪਾਇਰਡ ਲਾਈਸੈਂਸ ਸੀ ਜੋ ਕਿ 31 ਮਾਰਚ 2023 ਤੱਕ ਵੈਲਿਡ ਸੀ ਅਤੇ ਮੌਕੇ ਤੋਂ ਸਾਨੂੰ ਕਰੀਬ ਮੋਰ ਦੈਨ 25 ਤੋਂ ਜ਼ਿਆਦਾ ਬੀਅਰ ਦੀਆਂ ਪੇਟੀਆਂ ਅਤੇ ਇਸ ਤੋਂ ਇਲਾਵਾ 250 ਤੋਂ ਜ਼ਿਆਦਾ ਵਿਸਕੀ ਦੀਆਂ ਬੋਟਲ ਇਹਨਾਂ ਤੋਂ ਰਿਕਵਰ ਹੋਈਆਂ। ਜਿਸ ਤੋਂ ਬਾਅਦ ਅਸੀਂ ਇਹਨਾਂ ਦਾ ਮੈਨੇਜਰ ਜੋ ਕਿ ਓਮ ਪ੍ਰਕਾਸ਼ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਬੁਲੰਦੋ ਰਜਿਸਟਰ ਕੀਤਾ ਵਾ। ਇਸ ਤਰੀਕੇ ਨਾਲ ਅਗਰ ਕੋਈ ਵੀ ਬਾਰ ਜਾਂ ਕਿਸੇ ਤਰ੍ਹਾਂ ਦਾ ਰੈਸਟੋਰੈਂਟ ਵਿਦਆਊਟ ਲਾਈਸੈਂਸ ਵਿਦਆਊਟ ਐਕਸਾਈਜ਼ ਲਾਈਸੈਂਸ ਰਨ ਕਰਦਾ ਵਾ ਅਸੀਂ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਾਂਗੇ।